ਪੰਜਾਬ ਦੇ ਬਹੁਤਾਂ ਇਲਾਕੇ ਵਿੱਚ ਚੋਨੇ ਅਤੇ ਕਣਕ ਦੀ ਹੀ ਬਜਾਈ ਕੀਤੀ ਜਾਂਦੀ ਹੈ ਪਰ ਕੁਝ ਅਗਾਹ ਵਧੂ ਕਿਸਾਨ ਨੇ ਹੁਣ ਕਣਕ ਚੋਨੇ ਦੀ ਰਵਾਇਤੀ ਫਸਲਾਂ ਨੂੰ ਛੱਡ ਕੇ ਨਰਸਰੀਆਂ ਵਾਲੇ ਪਾਸੇ ਆਪਣਾ ਰੁਖ ਅਜਮਾ ਲਿਆ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੂਰੇ ਕਲਾਂ ਦੇ ਅਗਾਹ ਵਧੂ ਕਿਸਾਨ ਨੇ ਪਿਛਲੇ ਕਈ ਸਾਲਾਂ ਤੋਂ ਫਤਿਹ ਪੰਪ ਨਰਸਰੀ ਤੋਂ ਕੰਮ ਸ਼ੁਰੂ ਕੀਤਾ ਸੀ ਅਤੇ ਅੱਜ ਉਹ ਲੱਖਾਂ ਰੁਪਏ ਇਨਕਮ ਐਸੇ ਨਰਸਰੀ ਚੋਂ ਕਮਾ ਰਹੇ ਹਨ ਅਤੇ ਮਜ਼ਦੂਰਾਂ ਨੂੰ ਵੀ ਰੋਜ਼ਗਾਰ ਦੇ ਰਹੇ ਹਨ ਕਿਸਾਨ ਨੇ ਦੱਸਿਆ ਕਿ ਫਤੇਪੋਦ ਨਰਸਰੀ ਨੂੰ ਹੁਣ ਆਧੁਨਿਕ ਤਕਨੀਕ ਰਾ ਫੁਹਾਰਾ ਸਚਾਈ ਨਰ ਪਨੀਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਕਿਸਾਨ ਨੇ ਦੱਸਿਆ ਕਿ ਜਿਸ ਨਾਲ ਉਸ ਦੀ ਇਨਕਮ ਚ ਵਾਧਾ ਹੋਇਆ ਪਰ ਉਹ ਆਮ ਗਰੀਬ ਲੋਕਾਂ ਦੇ ਘਰ ਵੀ ਰੋਜ਼ਗਾਰ ਦੇਣ ਵਿੱਚ ਸਹਾਈ ਪ੍ਰਾਪਤ ਹੋ ਰਿਹਾ ਹੈ ਅਤੇ 5 ਤੋਂ 7 ਲੱਖ ਰੁਪਏ ਲੇਬ ਆਮ ਲੋਕਾਂ ਦੇ ਘਰ ਵਿੱਚ ਹਰ ਸਾਲ ਉਸੇ ਕਾਰਨ ਜਾ ਰਹੇ ਹਨ ਮੇਰਾ ਨਾਮ ਹਰਦੀਪ ਸਿੰਘ ਜੀ ਪਿੰਡ ਪੂਰੇ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਆਪਣੀ ਹੈਗੀ ਹੈ ਜੀ वेजिटेबल ਦੀ ਨਰਸਰੀ ਫਤਿਹ ਪੌਦ ਨਰਸਰੀ ਪਿੰਡ ਪੂਰੇ ਕਲਾਂ ਦੇ ਵਿੱਚ ਫਰੋਜਪੁਰ ਫਾਜ਼ਿਲਕਾ ਰੋਡ ਦੇ ਉੱਪਰ ਅਸੀਂ 7-8 ਸਾਲ ਤੋਂ ਜੀ ਲਗਾਤਾਰ ਖੇਤੀ ਕਰ ਰਹੇ ਹਾਂ ਸਬਜ਼ੀਆਂ ਦੀ ਨਰਸਰੀ ਦੀ ਜਿਹਦੇ ਵਿੱਚ ਅਥੇ ਰਵਾਇਤੀ ਫਸਲਾਂ ਤੋਂ ਕਣਕ ਝੋਨੇ ਤੋਂ ਹਟ ਕੇ ਮਤਲਬ ਕਿ ਉਹਦੇ ਨਾਲ ਮੁਕਾਬਲੇ ਅਸੀਂ ਇਹਦੇ ਵਿੱਚ ਵੱਧ ਕਮਾਈ ਕਰ ਰਹੇ ਹਾਂ ਦੂਸਰੀ ਗੱਲ ਇਹ ਆ ਵੀ ਜਿਹੜਾ ਇਹ ਨਰਸਰੀ ਦਾ ਕੰਮ ਹੋਣ ਕਰਕੇ ਨਾਲ ਮਿਰਚ ਦੀ ਖੇਤੀ ਕਰਦੇ ਆ ਅਸੀਂ ਉਹਦਾ ਫੋਨ ਕਰਕੇ ਖੇਤੀ ਹੋਣ ਕਰਕੇ ਸਾਡਾ ਜਿਹੜਾ ਗਰੀਬ ਲੇਬਰ ਆ ਜੀ ਉਸ ਨੂੰ ਇਹਦਾ ਬਹੁਤ ਵੱਡਾ ਲਾਭ ਪਹੁੰਚ ਰਿਹਾ ਜੀ ਪੰਜ ਤੋਂ 6 ਲੱਖ ਰੁਪਇਆ ਅਸੀਂ ਸਾਲਾਨਾ ਜਿਹੜਾ ਲੇਬਰ ਨੂੰ ਉਹਨਾਂ ਦੇ ਮਿਹਨਤ ਮੁਤਾਬਕ ਅਸੀਂ ਦੇ ਰਹੇ ਆ ਜੀ ਜਨਨ ਕਿ ਕੰਮ ਕਰਕੇ ਤੁਹਾਨੂੰ ਸੰਤੁਸ਼ਟੀ ਹੈ ਬਿਲਕੁਲ ਜੀ ਬਿਲਕੁਲ ਸਾਨੂੰ ਬਹੁਤ ਸੰਤੁਸ਼ਟੀ ਹੈ ਔਰ ਸਾਨੂੰ ਖੁਸ਼ੀ ਵੀ ਆ ਕਿ ਸਾਡੇ ਪਿੰਡ ਦੀ ਜਿਹੜੇ ਗਰੀਬ ਨੇ ਖੁਸ਼ ਵੀ ਨੇ ਕਿ ਉਹਨਾਂ ਨੂੰ ਲਗਾਤਾਰ ਗਰਮੀ ਸਰਦੀ ਦੇ ਵਿੱਚ ਰੋਜ਼ਗਾਰ ਮਿਲ ਰਿਹਾ ਜੀ ਤੇ ਇੱਥੇ ਤੁਸੀਂ ਇਹ ਪਟਦੇ ਹੋ ਪਿਆਜ਼ ਦੀ ਬਣੀ ਦੀ ਪਟ ਰਹੇ ਹੋ ਹਾਂਜੀ ਕਿੰਨੇ ਮਹੀਨੇ ਤੁਹਾਨੂੰ ਜਿਹੜਾ ਇੱਥੇ ਕੰਮ ਮਿਲ ਜਾਂਦਾ ਤੇ ਦਿਹਾੜੀ ਕਿੰਨੀ ਇਨਕਮ ਕਿੰਨੀ ਹੋ ਜਾਂਦੀ ਤੁਹਾਨੂੰ 11 ਮਹੀਨੇ ਕੰਮ ਸਾਢੇ 4 ਟਾਂਜੀ ਠੀਕ ਹੈ ਜੀ ਤੇ ਕਿੰਨੀ ਦਿਹਾੜੀ ਪੈ ਜਾਂਦੀ ਆ ਤੁਹਾਨੂੰ ਦਿਹਾੜੀ ਪਾਈ ਜਾਂਦੀ 2250 ਰੁਪਏ 2250 ਰੁਪਏ ਦੇ ਤੇ ਕੀ ਕਹਿਣਾ ਚਾਹੁੰਦੇ ਹੋ ਕੰਮ ਵਧੀਆ ਏ ਬੇ ਇਹਨਾਂ ਨੇ ਰੋਜ਼ਗਾਰ ਸ਼ੁਰੂ ਕੀਤਾ ਤੇ ਤੁਹਾਨੂੰ ਰੋਜ਼ਗਾਰ ਮਿਲਦਾ ਹੈ ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਸੱਚ ਕਾਉ ਤੇ ਮੈਂ ਹਾਂ ਸਤਪਾਲ ਸਿੰਘ ਅਸੀਂ ਅੱਜ ਫਰੋਜ਼ਪੁਰ ਜ਼ਿਲ੍ਹੇ ਦੇ ਪੂਰੇ ਕਲਾ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਫਤੇਪੋਤ ਨਰਸੀ ਦੇ ਮੈਂ ਤਸਵੀਰਾਂ ਦਿਖਾ ਦੇਣਾ ਤੁਹਾਨੂੰ ਮੇਰੇ ਪਿੱਛੇ ਬਿਲਕੁਲ ਲੇਬਰ ਲੱਗੀ ਹੋਈ ਹੈ ਇਹ ਤਸਵੀਰਾਂ ਦੇ ਜਰੀਏ ਮੈਂ ਤੁਹਾਨੂੰ ਦਿਖਾ ਰਿਹਾ ਫਤੇਪੋਤ ਨਰਸੀ ਦੇ ਵਿੱਚ ਇੱਥੇ ਲੱਗ ਲੱਗ ਜਿਹੜੀਆਂ ਪਨੀਰੀਆਂ ਤਿਆਰ ਕੀਤੀਆਂ ਜਾ ਰਹੀਆਂ ਤੇ ਸਭ ਤੋਂ ਵੱਡੀ ਗੱਲ ਇੱਥੇ ਦੇਖਣ ਨੂੰ ਆਈ ਹੈ ਵੀਰ ਜੀ ਨੇ ਸਾਨੂੰ ਹੁਣੇ ਹੀ ਦੱਸਿਆ ਜਿਹੜੇ ਤੇ ਕਿਸਾਨੇ ਕੰਮ ਕਰ ਰਹੇ ਆ ਵੀ ਜਿਹੜੀ ਇਸ ਖੇਤੀ ਦੇ ਜਰੀਏ ਕਹਿੰਦੇ ਸਾਨੂੰ ਸੰਤੁਸ਼ਟੀ ਹੈ 5 ਤੋਂ 7 ਲੱਖ ਜਿਹੜੇ ਸਾਲਾਨਾ ਲੇਬਰ ਹੈਗੀ ਆ ਸਾਡੇ ਕਾਗੇ ਕਹਿੰਦੇ ਗਰੀਬ ਘਰਾਂ ਦੇ ਵਿੱਚ ਪੈ ਦੇਖਦੇ ਰਹੋ ਸੱਚ ਕਹੋ ਇਦਾਂ ਦੀ ਵੀਡੀਓ ਲੈ ਕੇ ਅਸੀਂ ਤੁਹਾਡੇ ਸਾਹਮਣੇ ਫਿਰ ਦੁਬਾਰਾ ਪੇਸ਼ ਹੋਵਾਂਗੇ ਕੈਮਰਾਮੈਨ ਤੇ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਪੰਜਾਬੀ ਸੱਚ ਕਹੋ ਦੇਸ਼ ਵਿਦੇਸ਼ ਕੇ तमाम खबरों से जुड़े रहने के लिए सब्सक्राइब करें सच कहो और बेल आइकन प्रेस करके पाएं हर लेटेस्ट अपडेट सबसे पहले